ਸਾਡੇ ਘਰ ਵਿੱਚ ਆ ਗਏ ਨਾ ਤੂੰ, ਠੀਕ ਆ? ਹਾਂਜੀ ਹਾਂ, ਕਿਸੇ ਚੀਜ਼ ਦੀ ਵੀ ਲੋੜ ਹੋਵੇ, ਠੀਕ ਆ, ਮੈਨੂੰ ਕੋਈ ਨਹੀਂ, ਮੈਨੂੰ ਦੱਸ ਦਿਓ ਭਾਵੇਂ ਕੋਈ ਵੀ ਕੰਮ ਹੋਵੇ ਨਾ, ਰਾਣੀ ਨੂੰ ਦੱਸੀ ਸਾਰੀ ਗੱਲ ਕਰ ਲਿਆ ਕਰੋ, ਹੋਰ ਪ੍ਰੀਤ ਨੂੰ ਦੱਸੀ ਕੋਈ ਚੀਜ਼ ਲੈਣੀ ਕਰਨੀ, ਠੀਕ ਹੈ? ਹਾਂਜੀ ਹਾਂਜੀ ਹਾਂ, ਉੱਥੇ ਕੋਈ ਵੀ ਰਿਸ਼ਤੇਦਾਰ ਹੋਵੇ ਮੱਥੇ ਬੱਟਣੀ ਪਾਈ ਦਾ, ਚਾਹ ਪਾਣੀ ਕਰਾਉਣਾ, ਠੀਕ ਹੈ? ਚਲੋ ਕੋਈ ਨੀ, ਮੰਮੀ ਨੇ ਕਰੀ ਮੜਾ ਜਾਈਏ ਵੀਰੇ ਨਾਲ ਚੱਲੇ ਹੀ ਕਿਹੜਾ ਕੰਮ ਕਰਾਈਏ, ਕੁਛ ਮੰਗਾਣਾ ਮੰਗਣਾ ਕਰੇ ਤੁਸੀਂ ਦੱਸ ਮੁੱਤਾ, ਨਹੀਂ ਕੁਛ ਨਹੀਂ, ਸਬਜ਼ੀ ਦੇ ਲਓ ਮੰਮਾ, ਜਿਹੜੀ ਬਣਾਉਣੀ ਹੈ ਮੰਗਾ ਲਓ, ਸਬਜ਼ੀ ਅਸੀਂ ਲਿਆਵਾਂਗੇ, ਚੱਲ ਸਬਜ਼ੀ ਸਾਰੀ ਬਜਾ ਲਈ ਕਿਹੜੀ ਹੈ, ਮਟਰ ਲਿਆਓ, ਮਟਰ ਪਾ ਕੇ ਬਣਾ ਲਾਂਗੇ, ਮਟਰ ਪਨੀਰ, ਮਟਰ ਪਨੀਰ ਲੈ, ਚਲ ਠੀਕ ਹੈ, ਚਲੋ ਚਲੀਏ ਵੀ, ਹਾਂ ਹਾਂ ਠੀਕ ਹੈ, ਚਲੋ ਵੀ ਕੋਈ ਵੀ ਗੱਲ ਹੋਵੇ ਦੱਸ ਦਿਓ, ਫੋਨ ਕਰ ਦਿਓ ਜੇ ਕੱਲੇ ਕੋਣਾ, ਠੀਕ ਆ, ਰੋਜੀ ਕੱਪੜੇ ਮਸ਼ੀਨ ਚ ਪਾਉਣੇ ਆ, ਆਪਾਂ ਪਾਉਣੇ ਆ, ਪਾਉਣੇ ਆ ਮਸ਼ੀਨ ਚ ਕੱਪੜੇ, ਠੀਕ ਆ, ਦਾਦੀ ਮੇਰੀ, ਹਾਂ ਹਾਂ ਉੱਥੇ ਗਈ ਨੀ ਤੂੰ? ਨਹੀਂ, ਮੰਮੀ ਨੇ ਮੈਨੂੰ ਜਾਣ ਨਹੀਂ ਦਿੱਤਾ। ਅੱਛਾ, ਕਿਉਂ ਨਹੀਂ ਜਾਣਾ? ਚੱਲ ਤੂੰ ਬੀਬੀ ਨੂੰ ਏਦਾਂ ਕਰ, ਮੇਰੇ ਨਾਲ ਚਲਾ ਜਾ, ਬੀਬੀ ਤੂੰ ਮਿਲਤਾ ਲੈ ਕਮ ਸੇ ਕਮ ਬੀਬੀ ਨੂੰ, ਆ ਜਾ ਭਾਂਡੇ ਵੀ ਲੱਗ ਰੱਖੇ ਨੇ, ਤੁਸੀਂ ਕਿਉਂ ਇੱਕ ਇਨਸਾਨ ਦੀ ਜੂਨ ਇੰਨੀ ਮਾੜੀ ਕੀਤੀ ਹੈ, ਜਾਨ ਕਰੋ ਤੋਂ ਵੱਧ ਕੇ ਰੱਖਿਆ ਹੋਇਆ ਤੁਸੀਂ ਇਹਨਾਂ ਨੂੰ, ਭਾਂਡੇ ਵੀ ਲੱਗ ਰੱਖੇ ਹੋਏ ਨੇ, ਉੱਪਰ ਰਜਾਈ ਵੀ ਨਹੀਂ, ਤੇਰੇ ਦਰੀ ਨਹੀਂ, ਇਹ ਭਾਂਡੇ ਰੱਖੇ ਲੱਗ, ਤੁਸੀਂ ਦਰੀ ਵੀ ਨਹੀਂ ਵਿਛਾਈ, ਠਾਕਿਆ ਕਿੰਨਾ ਆ, ਮੈਂ ਦਰੀ ਤੇ ਲਿਆ ਕੇ ਦਿੱਤੀ ਸੀ, ਮੈਂ ਗੱਲ ਕਰਦੀ ਆ ਮੰਮੀ ਨਾਲ, ਮੰਮੀ ਨੇ ਤਾਂ, ਮੰਮੀ ਨੇ ਇਹ ਕੀ ਹਾਲ ਕੀਤਾ ਆ, ਰਾਣੇ ਤੁਸੀਂ ਰੱਬ ਤੋਂ ਤਾਂ ਡਰੋ, ਮੰਮੀ ਆ ਰਾਣੇ ਤੂੰ ਕੀ ਕਰਨਾ ਇੱਥੇ, ਮੰਮੀ ਤੁਸੀਂ ਆ ਕੀ ਹਾਲ ਕੀਤਾ ਹੋਇਆ ਵੀ, ਚਲੋ ਤੁਸੀਂ ਸੋਧ, ਚਲੋ ਰਾਣੇ, ਚਲੋ ਉਧਰ ਚਲੋ, ਮੰਮੀ ਨਹੀਂ, ਮੈਂ ਆਪੇ ਸਾਂਭੂਗੀ, ਚਲੋ ਮੈਂ ਆਪੇ ਰੋਟੀ ਦਊਂਗੀ, ਚਲੋ ਚਲੋ ਪੁੱਤ ਉਧਰ ਚਲੋ, ਮੰਮੀ ਨਹੀਂ ਨਹੀਂ ਤੁਸੀਂ ਕੀ ਕਰਦੇ, ਚਲੋ ਉਧਰ ਚਲੋ, ਰਾਣੇ ਤੂੰ ਮੰਮੀ ਨੂੰ ਸਮਝਾ, ਚਲੋ ਚਲੋ, ਮੰਮੀ ਨਹੀਂ ਪਲੀਜ਼, ਮੈਂ ਦੇਖਦੀ ਹਾਂ ਵੀ ਜੀ ਨੂੰ, ਕੋਈ ਨਾ ਪੁੱਤ, ਮੈਂ ਆਪੇ ਦੇਖੂੰਗੀ, ਮੈਂ ਆਪੇ ਰੋਟੀ ਦਊਂਗੀ, ਚਲ ਮੁੰਡੀ ਪੈ ਜਾ ਆਰਾਮ ਦੇ ਨਾਲ,
ਤੈਨੂੰ ਰੋਟੀ ਲੈ ਦੂੰਗੀ ਮੈਂ ਆਪੇ। ਰੋਜੀ ਹਾਂਜੀ ਜੀ, ਮੈਂ ਬਾਬਿਆਂ ਦੇ ਜਾਂਦੀ ਹਾਂ ਸੇਵਾ ਕਰਾ ਕੇ ਆਉਂਦੀ ਹਾਂ, ਠੀਕ ਆ? ਉੱਧਰ ਕਮਰੇ 'ਚ ਨਾ ਜਾਈ, ਠੀਕ ਆ? ਰਾਣੇ ਕਮਰੇ ਦੇ ਮਗਰ ਨਾ ਲੱਗ ਜਾਈ ਕਿਤੇ। ਨਹੀਂ ਕੀ ਕਰਦੇ ਨੇ ਬੀਜੀ ਨਾਲ, ਇਹਨੂੰ ਨਹੀਂ ਕਰਨਾ ਚਾਹੀਦਾ। ਜਾਨ ਤਾਂ ਸਾਰਿਆਂ ਨੇ ਦੇਣੀਆਂ ਨਾ, ਪਤਾ ਨਹੀਂ। ਮੈਂ ਰੋਜੀ ਆ ਬੀਜੀ, ਬਾਅਦ ਦੱਸੂਗਾ ਕੋਈ, ਤੂੰ ਠੀਕ ਹੋ ਜਾ ਮਾੜਾ ਜਿਹਾ, ਠੀਕ ਹੈ? ਮੈਂ ਏਦਾਂ ਦਾ ਮੇਰੀ ਗੱਲ ਸੁਣ ਭਾਬੀ, ਮੈਂ ਦਵਾਈਆਂ ਲਿਆ ਕੇ ਦਿੰਦਾ ਜਿਹੜੀਆਂ ਬਦਾਮ ਲੋਕ ਲੈ ਆ ਬੀਬੀ ਦੇ, ਕੱਲ੍ਹ ਨੂੰ ਤੇਰੇ ਸੱਸ ਸੱਸ ਲਾਂਗੇ ਸਿਰ 'ਚ ਆਪਾਂ। ਹਾਂ ਤੂੰ ਬੈਠ ਕੋਲ ਕਰ, ਮੰਮੀ ਆਊ ਮੈਂ ਪਹਿਲਾਂ ਦੱਸ ਦਿੰਦਾ, ਠੀਕ ਆ? ਚੰਗਾ ਬੀਜੀ, ਤੁਸੀਂ ਕਦੋਂ ਨਹਾਤੇ ਸੀ? ਨਹਾਤੇ ਨਹੀਂ, ਅੱਜ ਮੈਂ ਤੁਹਾਡਾ ਸਿਰ ਵਾਹ ਦਿੰਦੀ ਹਾਂ, ਫਿਰ ਆਪਾਂ ਪਰਸੋਂ ਨੂੰ ਨਹਾਵਾਂਗੇ, ਠੀਕ ਹੈ? ਉਦੋਂ ਮੰਮੀ ਘਰੇ ਨਹੀਂ ਹੋਣਗੇ। ਆਏ ਦੁੱਖ ਲੱਗਦਾ ਨਹੀਂ ਲੱਗਿਆ ਦੁੱਖ? ਮੈਂ ਨੀ ਅਪਰਾਧੀ ਜੀ, ਪਾਉਣੀ ਗੰਦੀ ਪਈ ਹੈ, ਠੀਕ ਆ? ਕਰਕੇ ਆ ਜਾ ਬਾਹਰ, ਪਤਾ ਨੀ ਲੱਗੇ। ਤੂੰ ਜੂਸ ਲਿਆ ਬੀਬੀ, ਜੂਸ ਮੈਂ ਦੇਣਾ ਤੂੰ, ਮੈਂ ਕਹਿ ਭਾਬੀ ਆ ਜਾ ਬਾਹਰ, ਠੀਕ ਆ? ਆਉਂਦੀ ਹਾਂ ਬੀਬੀ, ਕੁਆਰੀ ਆਰਾਮ ਨਾਲ ਆ ਜਾ ਬਸ।
ਕੰਬਲ ਕਿਹਨੇ ਦਿੱਤਾ? ਸਿਰ ਸੁਰ ਕਿਹਨੇ ਪਾਇਆ? ਰਾਣੇ ਰਾਣੇ ਉਰਿਆ ਆ, ਕਿਹਨੇ ਕੰਬਲ ਦਿੱਤਾ? ਕਿਹਨੇ ਤੇਰੀ ਤੁਰ ਪਿਛਾਈ ਆ? ਓਏ ਭਾਬੀ ਕਹਿੰਦੀ ਮੇਰੇ ਪੇਕਿਆਂ ਵੱਲੋਂ ਆਇਆ, ਕਹਿੰਦੀ ਬੀਬੀ ਉਹ ਗੰਦਾ ਸੀ ਸੈੱਟ ਆ ਦੇਖੋ। ਭਾਬੀ ਨੂੰ ਕੋਈ ਜ਼ਿਆਦਾ ਪਤਾ? ਰੋਜੀ ਸੇਵਾ ਕਰਾਂਗੇ ਤਾਂ ਹੀ ਆਪਣਾ ਸਹੀ ਹੋਊਗਾ ਕੰਮ। ਕੋਈ ਨਾ, ਸੇਵਾ ਕਰਨ ਨੂੰ ਬਥੇਰਾ ਟਾਈਮ ਪਿਆ ਹਜੇ। ਕੱਲ ਆਈ ਆ, ਅੱਜ ਇਹਨੂੰ ਸੁਣ ਲੱਗ ਗਈ ਸੇਵਾ ਕਰਨ ਦੀ। ਦੱਸ ਸਾਨੂੰ ਪਤਾ ਨੀ ਸਾਡੀ ਕੀ ਆ, ਸੇਵਾ ਕਰਨੀ ਆ ਕਿ ਨਹੀਂ ਕਰਨੀ ਅਸੀਂ। ਚੱਲ ਕੋਈ ਨੀ ਭਾਬੀ, ਚੱਲ ਬੁੜੀ ਨਾ ਮਰਦੀ ਨਾ ਮੰਜਾ ਛੱਡਦੀ ਆ। ਉਹ ਕੱਲ ਦੀ ਆਈ ਆ, ਉਹ ਆ ਕੇ ਲੱਗ ਗਈ ਚੌਧਰ ਕਰਨ ਇੱਥੇ। ਮੀਂਹ ਪਈ ਆ, ਮੰਜਾ ਤੇ ਦੇ ਦਿਓ, ਕੰਬਲ ਦੇ ਦਿਓ ਤੇਰੀਆਂ। ਮੇਰੇ ਨਾਲ ਕੀ ਬੀਤੋ?
मम्मी उठो मम्मी मेरे तो गलती हो गई मम्मी मैं माफ कर दो मम्मी आज तो बाद तुम्हें सारा कुछ मिलूंगा टाइम से रोटी पानी सारा कुछ मिलूंगा ठीक है मम्मी मैं माफ कर दो मम्मी मैं भूल गई सी राणे हाँ मम्मी ओरे पता आया रानी हाँ मेरे तो गलती हो गई सी पुत्र आज तो अपनी दादी की सेवा करो ठीक है सारी चीज लेके दिया करो टाइम से रोटी पानी दूध फ्रूट सारा ये तो मम्मी कर दी है बस तू ही थोड़ी जी मेरे तो गलती हो गई सी पुत्र मैं माफी मांग ली अड़ी दादी तो भाभी कहते हैं भाभी भाभी हाँ रानी आ रहे आयो ਮੈਂ ਲੱਭੀ ਇਹਨਾਂ ਕੀ ਹੋ ਗਿਆ ਮੰਮੀ ਨੂੰ ਕੁਛ ਨਹੀਂ ਪੁੱਤ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਅੱਛਾ ਮੈਂ ਆਪ ਤੋਂ ਵੱਡਿਆਂ ਦੀ ਸੇਵਾ ਕਰਿਆ ਕਰੋ ਇਹ ਤਾਂ ਬਹੁਤ ਚੰਗੀ ਗੱਲ ਆ ਮੈਂ ਤਾਂ ਆਪ ਉਮੀਦ ਨਹੀਂ ਸੀ ਕਿ ਬੀਬੀ ਦੀ ਇੰਨੀ ਸੇਵਾ ਕਰੂਗੀ ਕਦੇ ਮੰਮੀ ਅੱਜ ਬੜੀ ਖੁਸ਼ੀ ਦੀ ਗੱਲ ਆ ਬੀਬੀ ਹੁਣ ਤੂੰ ਟੈਨਸ਼ਨ ਲੈਣੀ ਠੀਕ ਹੈ ਕਿਸੇ ਗੱਲ ਦੀ ਇਹ ਸਾਰਾ ਕੁਛ ਭਾਬੀ ਦੇ ਕਰਕੇ ਹੋਇਆ ਫਰੂਟ ਲਿਆ ਕੇ ਤਿਆਰ ਮੇਰੇ ਕਰਕੇ ਕੀ ਕੋਈ ਵੀ ਬਿਮਾਰ ਇਨਸਾਨ ਆ ਸਾਨੂੰ ਉਹਦੀ ਹੈਲਪ ਕਰਨੀ ਚਾਹੀਦੀ ਆ ਉਹਨੂੰ ਨਵਾਉਣਾ ਧਵਾਉਣਾ ਚਾਹੀਦਾ ਜੇ ਉਹ ਆਪ ਨਹੀਂ ਕਰ ਸਕਦੇ ਤਾਂ ਆਪਾਂ ਨੂੰ ਚਾਹੀਦਾ ਸੀ ਤੁਸੀਂ ਤਾਂ ਚਲ ਨਹੀਂ ਕਰ ਸਕਦੇ ਮੰਮੀ ਤਾਂ ਕਰ ਸਕਦੇ ਸੀ ਨਾ ਅਸੀਂ ਤਾਂ ਬਹੁਤ ਕਿਹਾ ਅਸੀਂ ਕਰ ਦਿੰਦੇ ਹਾਂ ਜੋ ਲੈ ਕੇ ਉਹਨਾਂ ਲਿਆਉਣਾ ਪਰ ਮੰਮੀ ਮੰਨਦੀ ਨਹੀਂ ਸੀ ਉਸ ਟਾਈਮ ਅੱਜ ਬੜੀ ਖੁਸ਼ੀ ਮਾਰ ਕੇ ਦਾ ਗੁੱਟ ਵੀ ਸਾਰਿਆਂ ਨੇ ਇੱਕੋ ਜਗ੍ਹਾ ਜਾਣਾ ਨਾ ਫਿਰ ਉੱਥੇ ਹਿਸਾਬ ਕਿਤਾਬ ਦੇਣਾ ਪੈਣਾ ਉਹੀ ਪੁੱਤ ਗਲਤੀ ਦਾ ਅਹਿਸਾਸ ਹੋ ਗਿਆ ਅਸੀਂ ਤਾਂ ਚੋਰੀ ਚੋਰੀ ਕਰਦੇ ਹਾਂ ਅਸੀਂ ਬੀਬੀ ਰੋਕਦੀ ਹੁੰਦੀ ਸੀ ਚਲ ਹੁਣ ਬੀਬੀ ਵੀ ਮਰ ਗਈ ਬੀਬੀ ਸਹੀ ਆ ਹੁਣ ਵੀ ਹੁਣ ਸਾਰਾ ਕੁਝ ਤੈਅ ਕਰਨਾ ਠੀਕ ਹੈ ਹੁਣ ਤੇਰੀ ਜ਼ਿੰਮੇਵਾਰੀ ਹੈ ਸੇਵਾ ਕਰਾਂਗੇ ਠੀਕ ਹੈ ਨਾ ਸੇਵਾ ਹੁਣ ਮੇਰੇ ਵਾਂਗ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਮੈਨੂੰ ਹਾਂਜੀ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖਿਆ ਕਿ ਇੱਕ ਸੱਸ ਜਿਹੜੀ ਕਿ ਮੰਜੇ 'ਤੇ ਬਿਮਾਰ ਪਈ ਆ ਅਤੇ ਉਸਦੀ ਸੱਸ ਨੇ ਉਹਦੇ ਨਾਲ ਕਿੰਨਾ ਬੁਰਾ ਵਰਤਾਓ ਕੀਤਾ ਬਹੁਤ ਘਰਾਂ ਦੀ ਇੱਦਾਂ ਦੀ ਸਿਚੁਏਸ਼ਨ ਹੁੰਦੀ ਆ ਬਹੁਤ ਘਰਾਂ ਵਿੱਚ ਇੱਦਾਂ ਦੇਖਿਆ ਗਿਆ ਸੁਣਿਆ ਗਿਆ ਬਹੁਤ ਬੰਦਿਆਂ ਨੇ ਫੋਨ ਕਰਕੇ ਇੱਦਾਂ ਦੀ ਵੀਡੀਓ ਬਣਾਉਣ ਲਈ ਕਿਹਾ ਸੋ ਇਹ ਚੀਜ਼ਾਂ ਬਹੁਤ ਜ਼ਿਆਦਾ ਗਲਤ ਨੇ ਸੋ ਸਾਨੂੰ ਹਰ ਇੱਕ ਦੀ ਕੋਈ ਵੱਡਾ ਬੰਦਾ ਉਹਦੀ ਇੱਜ਼ਤ ਕਰਨੀ ਚਾਹੀਦੀ ਆ ਹਰ ਇੱਕ ਨੂੰ ਪਿਆਰ ਨਾਲ ਬੁਲਾਉਣਾ ਚਾਹੀਦਾ ਜਿੰਨੀ ਹੋ ਸਕੇ ਸੇਵਾ ਕਰਨੀ ਚਾਹੀਦੀ ਹੈ ਬੋਲੋ ਜੀ ਤੁਸੀਂ ਹੁਣ ਮੈਂ ਤਾਂ ਤੁਹਾਨੂੰ ਇਹੀ ਕਹੂੰਗੀ ਮੇਰੇ ਮਾਤਾ ਜੀ ਤਾਂ ਮੈਂ ਤੁਹਾਨੂੰ ਵੀਡੀਓ 'ਚ ਦਿਖਾ ਦਿੰਦੀ ਅੰਦਰ ਪਏ ਨੇ 105 ਸਾਲ ਦੇ ਮੈਂ ਇਹ ਸੇਵਾ ਕਰਦੀ ਹਾਂ ਕਿ ਨਹੀਂ ਦੇਖ ਲਿਓ ਉਹਨੇ ਦਿਖਾ ਦਿੰਦੇ ਬਾਅਦ ਮੈਸੇਜ ਤੋਂ ਬਾਅਦ ਠੀਕ ਹੈ ਜੀ ਸਾਰਿਆਂ ਨੇ ਮਰ ਕੇ ਇੱਕ ਦਿਨ ਉਸ ਰੱਬ ਦੇ ਘਰ ਜਾਣਾ ਇਸ ਕਰਕੇ ਕੋਈ ਵੀ ਕਿਸੇ ਦੇ ਨਾਲ ਇੱਦਾਂ ਦਾ ਵਿਵਹਾਰ ਨਾ ਕਰਿਆ ਕਰੋ ਕਿ ਜੇ ਕੋਈ ਮੰਜੇ 'ਤੇ ਪਿਆ ਉਹਨੂੰ ਦਵਾਈ ਨਹੀਂ ਦੇਣੀ ਉਹਦਾ ਸਿਰ ਨਹੀਂ ਬੋਣਾ ਨਵਾਉਣਾ ਨਹੀਂ ਕਮਰੇ 'ਚ ਸਮੈਲ ਆਉਂਦੀ ਹੈ ਤੁਸੀਂ ਜਾਣਾ ਨਹੀਂ ਕਿਸੇ ਨੇ ਪਲੀਜ਼ ਹੱਥ ਜੋੜ ਕੇ ਕਹਿੰਦੇ ਹਾਂ ਕਿ ਬੁੱਢਿਆਂ ਦੇ ਨਾਲ ਓਲਡ ਪੀਪਲਸ ਦੇ ਨਾਲ ਪਲੀਜ਼ ਇੱਦਾਂ ਦਾ ਕੁਛ ਵੀ ਨਾ ਕਰੋ ਕਿਉਂਕਿ ਤੁਹਾਨੂੰ ਨਹੀਂ ਪਤਾ ਉਹਨਾਂ ਦੇ ਦੁਆਵਾਂ ਨਾਲ ਤੁਹਾਨੂੰ ਕੀ ਕੁਛ ਮਿਲ ਜਾਣਾ ਬਿਲਕੁਲ ਬਾਕੀ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ
सब्सक्राइब जरूर करें। धन्यवाद।